ਪੂਰੇ ਮੁਲਕ ਦੇ ਵਿੱਚ, ਉਹ ਵੀ ਉਹ ਬੰਦੇ ਨੇ ਜਿਨ੍ਹਾਂ ਦਾ ਦੁਕਾਨ ਬੰਦ ਕੀਤਿਆਂ ਵੀ ਨਹੀਂ ਸਰਦਾ। ਹੜਤਾਲਾਂ ਅੱਗੇ ਵੀ ਬਹੁਤ ਜ਼ਿਆਦਾ ਹੁੰਦੀਆਂ ਹੋਈਆਂ ਵਾ ਪਾਕਿਸਤਾਨ ਦੇ ਵਿੱਚ ਕਿ ਇਹ ਅਬ ਤੋਂ ਇਹ ਇਹਤਜਾਜ ਜੋ ਹੈ ਵੋ ਮੈਂ ਛੱਬੀ ਅਗਸਤ ਸੰਨ 2024 ਬੁੱਧ ਦਿਨ ਅੱਜ ਹੈਗੀ ਹੈ ਪੂਰੇ ਮੁਲਕ ਦੇ ਵਿੱਚ ਸ਼ਟਰ ਡਾਊਨ ਹੜਤਾਲ। ਹੁਣ ਤੁਹਾਨੂੰ ਮੈਂ ਦੱਸਦਾ ਵਾਂ ਕਿ ਆਪਣੇ ਪਾਕਿਸਤਾਨ ਦੇ ਵਿੱਚ 28 ਅਗਸਤ ਨੂੰ ਹੜਤਾਲ ਕਿਉਂ ਕੀਤੀ ਹੈ। ਹਕੂਮਤ ਨੇ ਬਹੁਤ ਸਾਰੇ ਨਾਜਾਇਜ਼ ਟੈਕਸ ਲਾਏ ਕਾਰੋਬਾਰਾਂ ਤੇ, ਹਰ ਚੀਜ਼ ਦਾ ਟੈਕਸ ਲਾਇਆ ਵਾ, ਸ਼ਟਰਾਂ ਤੇ ਟੈਕਸ ਲਾ ਦਿੱਤੇ ਜਿਹੜੀਆਂ ਦੁਕਾਨਾਂ ਦੇ ਬਾਹਰ ਸ਼ਟਰ ਲੱਗੇ ਹੁੰਦੇ। ਉਸ ਤੋਂ ਬਾਅਦ ਅਗਰ ਤੁਹਾਡੀ ਦੁਕਾਨ ਹੈਗੀ ਹੈ 10x12, ਉਹ ਜਿੰਨੇ ਸਕੇਅਰ ਫੁੱਟ ਬਣਨਗੇ ਉਹਨਾਂ ਦੇ ਉੱਪਰ ਟੈਕਸ ਲਾ ਦਿੱਤਾ। ਦਾਲਾਂ ਤੇ ਟੈਕਸ ਲੱਗ ਗਿਆ, ਚੀਨੀ ਤੇ ਟੈਕਸ ਲੱਗ ਗਿਆ, ਆਟੇ ਤੇ ਟੈਕਸ ਲੱਗ ਗਿਆ। ਇਸੇ ਵਜ੍ਹਾ ਤੋਂ ਅੱਜ ਅਸੀਂ ਟੈਕਸ ਖਤਮ, ਨਾਜਾਇਜ਼ ਟੈਕਸ ਖਤਮ ਕਰਨ ਵਾਸਤੇ ਅਸੀਂ ਇੱਥੇ ਪੂਰੇ ਮੁਲਕ ਦੇ ਵਿੱਚ, ਪਾਕਿਸਤਾਨ ਮੁਲਕ ਦੇ ਵਿੱਚ ਅਸੀਂ ਸਾਰੀ ਹੜਤਾਲ ਕੀਤੀ ਹੈ। ਜਿੰਨੇ ਵੀ ਇੱਥੇ ਕਾਰੋਬਾਰੀ ਬੰਦੇ ਸੀਗੇ, 3-4 ਦਿਨ ਪਹਿਲੇ ਇੱਥੇ ਚਿਸ਼ਤੀਆਂ ਦੇ ਅੰਜਮਨ ਤਾਜਰਾਂ ਨੇ ਇੱਥੇ ਸਾਡੀ ਮੀਟਿੰਗ ਹੋਈ ਸੀ। ਅਸੀਂ ਕਿਹਾ ਕਿ ਚਲੋ 28 ਅਗਸਤ ਨੂੰ ਪੂਰੇ ਮੁਲਕ ਦੇ ਵਿੱਚ ਹੜਤਾਲ ਵਾ, ਅਸੀਂ ਵੀ ਸਾਰੇ ਇਸੇ ਚੀਜ਼ ਦੇ ਵਿੱਚ। ਹੜਤਾਲਾਂ ਅੱਗੇ ਵੀ ਬਹੁਤ ਜ਼ਿਆਦਾ ਹੁੰਦੀਆਂ ਹੋਈਆਂ ਵਾ ਪਾਕਿਸਤਾਨ ਦੇ ਵਿੱਚ, ਲੇਕਿਨ ਇਹਨਾਂ ਹੜਤਾਲਾਂ ਦਾ ਕੋਈ ਫਾਇਦਾ ਨਹੀਂ। ਹਾਲਾਂਕਿ ਬਲਕਿ ਉਹਨਾਂ ਬੰਦਿਆਂ ਨੂੰ ਨੁਕਸਾਨ ਆ ਜਿਹੜੇ ਛੋਟੇ ਤਬਕੇ ਦੇ ਕਾਰੋਬਾਰੀ ਲੋਕ ਨੇ, ਜਿਨ੍ਹਾਂ ਦੀਆਂ ਛੋਟੀਆਂ ਦੁਕਾਨਾਂ, ਛੋਟਾ ਕਾਰੋਬਾਰ, ਉਹਨਾਂ ਨੂੰ ਨੁਕਸਾਨ ਵਾ। ਉਹਨਾਂ ਨੂੰ ਨੁਕਸਾਨ ਇੱਦਾਂ ਵਾ, ਇੱਕ ਹੜਤਾਲ ਕਰਕੇ ਆਪਣੀ ਦੁਕਾਨ ਬੰਦ ਕਰਦੇ, ਇੱਕ ਜਿਹੜੀ ਉਹਨਾਂ 1500-2000 ਦਿਹਾੜੀ ਵਾ ਉਹ ਵੀ ਮਰਦੀ। ਹੜਤਾਲਾਂ ਇੱਥੇ ਪਾਕਿਸਤਾਨ ਦੇ ਵਿੱਚ ਤਾਂ ਕਾਮਯਾਬ ਹੋਣ ਅਗਰ ਇਹਨਾਂ ਹੜਤਾਲਾਂ 'ਤੇ ਕੋਈ ਨਾ ਕੋਈ ਸਟੈਪ ਲਿਆ ਜਾਵੇ, ਲੇਕਿਨ ਅਸੀਂ ਹੜਤਾਲ ਇਸ ਵਜ੍ਹਾ ਤੋਂ ਕਰ ਰਹੇ ਹਾਂ, ਸ਼ਾਇਦ ਸਾਡੀ ਜਿਹੜੀ ਹੈਗੀ ਹਕੂਮਤ ਸੁੱਤੀ ਹੋਈ ਉਹ ਜਾਗ ਜਾਵੇ, ਉਹਨਾਂ ਨੂੰ ਕੋਈ ਗਰੀਬ ਆਵਾਮ ਦਾ ਅਹਿਸਾਸ ਹੋ ਜਾਵੇ, ਉਹਨਾਂ ਨੂੰ ਕੋਈ ਕਾਰੋਬਾਰੀ ਲੋਕਾਂ ਦਾ ਅਹਿਸਾਸ ਹੋ ਜਾਵੇ। ਕਾਰੋਬਾਰੀ ਜਿਹੜੇ ਅੱਗੇ ਅਲਹਮਦੁਲਿਲਾ ਕਾਰੋਬਾਰ ਠੀਕ ਸੀ, ਲੇਕਿਨ ਅੱਜ ਕੱਲ੍ਹ ਜਿਹੜੇ ਕਾਰੋਬਾਰ ਆ ਬਿਲਕੁਲ ਜ਼ੀਰੋ ਹੋਏ ਪਏ। ਉਹਦੀ ਕੀ ਵਜ੍ਹਾ ਵਾ? ਇੱਕ ਹੈਗਾ ਕਿਸਾਨ ਆਪਣਾ ਬਿਲਕੁਲ ਹੀ ਇਸ ਟਾਈਮ ਮਰ ਗਿਆ, ਆਪਣੀ ਠੀਕ ਠਾਕ ਉਹ ਮਿਹਨਤ ਕਰਦਾ ਪੂਰਾ ਸਾਲ, ਜਦੋਂ ਉਹਦੀ ਚੀਜ਼ ਵੇਚਣ ਦਾ ਟਾਈਮ ਆਉਂਦਾ ਉਹਨਾਂ ਉਦੋਂ ਇੰਨਾ ਕੁ ਰੇਟ ਵੀ ਨਹੀਂ ਹੁੰਦਾ ਕਿ ਆਪਣੇ ਜਿਹੜੇ ਖਰਚੇ ਉਹਨੇ ਪੂਰੇ ਸਾਲ ਕੀਤੇ ਹੁੰਦੇ ਆ ਉਹ ਵੀ ਪੂਰੇ ਨਹੀਂ ਹੁੰਦੇ, ਤੇ ਜਿਹੜੇ ਟੈਕਸ ਅੱਗੋਂ ਕਾਰੋਬਾਰੀ ਦੁਕਾਨਾਂ ਤੇ ਲੱਗ ਰਹੇ ਉਹ ਹਰ ਚੀਜ਼ ਤੇ ਟੈਕਸ। ਮੇਰੇ ਦੇਖਣ ਦੇ ਵਿੱਚ ਆਉਣ ਵਾਲੇ ਦੌਰ 'ਚ ਇਹ 'ਤੇ ਵੀ ਟੈਕਸ ਲੱਗ ਜਾਣਾ ਕਿ ਆਪਾਂ ਜਿਹੜਾ ਥੁੱਕ ਲਾ ਕੇ ਪੈਸੇ ਗਿਣਦੇ ਹਾਂ, ਥੁੱਕ 'ਤੇ ਵੀ ਆਪਣੇ 'ਤੇ ਟੈਕਸ ਲੱਗਣਾ ਵਾ। ਆ ਚੱਲ ਅਲਹਮਦੁਲਿਲਾ ਚਿਸ਼ਤੀਆਂ ਦੇ ਵਿੱਚ ਵੀ ਸਾਰੀਆਂ ਦੁਕਾਨਾਂ ਬੰਦ ਆ, ਤਕਰੀਬਨ 100 ਦੇ ਵਿੱਚੋਂ 1-2 ਬੰਦੇ ਨੇ ਦੁਕਾਨਾਂ ਖੋਲੀਆਂ, ਉਹ ਵੀ ਉਹ ਬੰਦੇ ਨੇ ਜਿਨ੍ਹਾਂ ਦਾ ਦੁਕਾਨ ਬੰਦ ਕੀਤਿਆਂ ਵੀ ਨਹੀਂ ਸਰਦਾ। ਮਤਲਬ ਕਿ ਉਹ ਅਗਰ ਹੜਤਾਲ ਕਰਨਗੇ 1000-1500 ਉਹਨਾਂ ਦੀ ਦਿਹਾੜੀ ਮਰੇਗੀ, ਉਲਟਾ ਉਹਨਾਂ ਨੂੰ ਨੁਕਸਾਨ ਵਾ। ਉਹਨਾਂ ਬੰਦਿਆਂ ਨੇ ਅੱਜ ਦੁਕਾਨਾਂ ਖੋਲੀਆਂ, ਬਾਕੀ ਅਲਹਮਦੁਲਿਲਾ ਮੈਂ ਸ਼ਹਿਰ ਦਾ ਵਿਜ਼ਿਟ ਕੀਤਾ ਵਾ, ਹਰ ਬੰਦੇ ਨੇ, ਹਰ ਕਾਰੋਬਾਰੀ ਬੰਦੇ ਨੇ ਪੂਰਾ ਪੂਰਾ ਸਾਥ ਦਿੱਤਾ ਵਾ, ਆਪਣਾ ਹੱਕ ਅਦਾ ਕੀਤਾ ਵਾ। ਅਸੀਂ ਵੀ ਅੱਜ ਆਪਣਾ ਮਾਰਬਲ ਦਾ ਟੋਟਲੀ ਕੰਮ ਅੱਜ ਬੰਦ ਆ, ਹੜਤਾਲ ਕੀਤੀ। ਇਨਸ਼ਾਅੱਲਾ ਉਮੀਦ ਆ ਕਿ ਇਸ ਹੜਤਾਲ ਦਾ ਫਾਇਦਾ ਹੋਏਗਾ, 1-2 ਦਿਨ ਤੱਕ ਪਤਾ ਚੱਲ ਜਾਏਗਾ। ਆ ਜਿਹੜੇ ਆਪਣੇ ਨਾਜਾਇਜ਼ ਟੈਕਸ ਲੱਗੇ ਹੋਏ ਕਾਰੋਬਾਰੀ, ਹਰ ਚੀਜ਼ ਖਾਣ ਪੀਣ ਵਾਲੀਆਂ ਚੀਜ਼ਾਂ ਦੇ ਵੀ ਟੈਕਸ ਲੱਗੇ। ਬਿਸਮਿਲ੍ਲਾਹਿਰ-ਰਹਿਮਾਨਿਰ-ਰਹੀਮ। ਦੁਨੀਆ ਮੇਂ ਕਬੀ ਗੁੱਸਾ ਮੁਨਾਫਤ ਨਹੀਂ, ਕੋਈ ਜੋ ਜ਼ੁਲਮ ਤੋਂ ਸਹਿਤਾ ਹੈ ਬਗਾਵਤ ਨਹੀਂ ਕਰਤਾ। ਮੈਂ ਜਮਾਤ ਇਸਲਾਮੀ ਕੇ ਇੱਕ ਕਾਰਕੁਨ ਕੇ ਤੌਰ ਪਰ ਆਪਣੇ ਅਮੀਰ ਕੇ ਹੁਕਮ ਪਰ ਅੰਜਮਨ ਤਾਜਰਾਨ ਕੀ ਮੁਕੰਮਲ ਹਮਾਇਤ ਕਰਤਾ ਹੂੰ। ਔਰ ਅਬ ਮੈਂ ਇਹ ਬਤਾ ਦੇਣਾ ਚਾਹਤਾ ਹੂੰ ਆਪਕੇ ਵਸਤ ਸੇ ਕਿ ਇਹ ਅਬ ਤੋ ਇਹ ਇਹਤਜਾਜ ਜੋ ਹੈ ਵੋ ਮਹਦੂਦ ਵੀ ਹੈ ਔਰ ਪੁਰਅਮਨ ਵੀ ਹੈ, ਲੇਕਿਨ ਅਗਰ ਹਮਾਰੇ ਮਰਕਜ਼ੀ ਕਾਇਦੀਨ ਕੇ ਸਾਥ ਮੁਜ਼ਾਕਰਾਤ ਕੇ ਨਤੀਜੇ ਮੇਂ ਅਵਾਮ ਕੋ ਕੋਈ ਅਗਰ ਰਿਲੀਫ ਨਹੀਂ ਮਿਲਤਾ ਤੋ ਇਹ ਗੈਰ ਪੁਰਅਮਨ ਵੀ ਹੋ ਸਕਤਾ ਹੈ। ਹਮ ਆਪਣੇ ਹਕੂਕ ਕੇ ਹਿਫਾਜ਼ਤ ਕਾ ਹੱਕ ਮਹਿਫੂਜ਼ ਰੱਖਤੇ ਹੈ ਔਰ ਉਸ ਵਕਤ ਤੱਕ ਇਹ ਤਹਿਰੀਕ ਜਾਰੀ ਔਰ ਸਾਰੀ ਰਹੇਗੀ ਜਬ ਤੱਕ ਹਮਾਰੇ ਇਨ ਹਕੂਕ ਕੋ ਇਨ ਹਕੂਕ ਕੋ ਹਮਾਰੇ ਮੁਤਾਲਬਾਤ ਕੋ ਪੂਰਾ ਨਹੀਂ ਕੀਆ ਜਾਤਾ। ਬਹੁਤ ਸ਼ੁਕਰੀਆ। ਬਿਸਮਿਲ੍ਲਾਹਿਰ-ਰਹਿਮਾਨਿਰ-ਰਹੀਮ। ਆਜ ਚਿਸ਼ਤੀਆਂ ਮੇਂ ਆਲ ਪਾਕਿਸਤਾਨ ਅਜਮਨ ਤਾਜਰਾਨ ਜਨਾਬ ਅਜਮਨ ਗੁਰਵਤ ਸਾਹਿਬ ਔਰ ਤਰਵੀਮੇ ਤਾਜਰਾਨ ਪਾਕਿਸਤਾਨ ਜਨਾਬ ਚੌਧਰੀ ਕਾਸ਼ਫ ਸਾਹਿਬ
کی اپیل پر ہم ٹال پہ ہیں، تمام کاروبار بند ہے، ہر طرح سے ہم انشاءاللہ اپنے حق کے لیے لڑیں گے، حق کے لیے برپا احتجاج ہیں، جو ہمارے اوپر ٹیکسز لگائے گئے ہیں، ود ہولڈنگ ٹیکس لگایا گیا ہے، ایڈوانس ٹیکس لگایا گیا ہے، گورنمنٹ کو چاہیے کہ فوری طور پر وہ واپس لے، ورنہ ہمارا احتجاج جاری رہے گا۔ اور آج تو ایک دن کی ہڑتال ہے، اگر ہمارے مطالبہ تسلیم نہ کیا گیا، اگر ہمارے قائدین کے ساتھ مذاکرات نہ کیے گئے، تو اس کا دائرہ بڑھایا بھی جا سکتا ہے۔ تو میری جناب وزیر اعظم پاکستان میاں شہباز شریف سے، میاں نواز شریف سے اپیل ہے کہ ہمارے مطالبات فوری طور پر منظور کیے جائیں، ہمارے ٹیکسز جو ہیں وہ فوری طور پر واپس کیے جائیں۔ حکومت کو چاہیے کہ یہ جو ہمارے مطالبہ دے اس کو فوری مانا جائے، ورنہ ہم احتجاج کا دائرہ کار وسیع کریں گے۔